ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡਾ ਦੋਸਤ ਡਾਕਟਰ ਕੁਲਦੀਪ ਸ਼ਿਰਗਿਲ ਮਰਖਾਈ ਜਿਵੇਂ ਕਿ ਤੁਸੀਂ ਝੋਨਾ ਭਾਗ 48 ਦੇ ਵਿੱਚ ਦੇਖਿਆ ਕਿ ਝੋਨੇ ਅਤੇ ਬਾਸਮਤੀ ਦੇ ਜਿਹੜਾ ਬੂਰ ਹੈ ਤੇ ਜਿਹੜਾ ਫੁੱਲ ਹੈ ਉਹ ਕਿਹੜੇ-ਕਿਹੜੇ ਭਾਗਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ ਤੇ ਬਰਸਾਤ ਨਾਲ ਬੂਰ ਦਾ ਨੁਕਸਾਨ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਤੁਸੀਂ ਝੋਨਾ ਭਾਗ 48 ਦੇ ਵਿੱਚ ਜਾਣਿਆ ਅੱਜ ਇਸੇ ਪ੍ਰਕਿਰਿਆ ਨੂੰ ਅੱਗੇ ਵਧਾਉਂਦਾ ਹੋਇਆ ਕਿਉਂ ਨੇ ਦੇ ਬੂਰ ਪੈਣ ਤੋਂ ਲੈ ਕੇ ਦਾਣਾ ਸ਼ੁਰੂ ਹੋਣ ਤੱਕ ਦੀ ਪ੍ਰਕਿਰਿਆ ਦਾ ਵਰਣਨ ਕਰਦਾ ਹਾਂ ਜਿਗਿਆਸੂ ਤੇ ਨਵੀਂ ਚੀਜ਼ ਜਾਣਨ ਵਾਲੇ ਨੌਜਵਾਨ ਕਿਸਾਨ ਵੀਰਾਂ ਦੇ ਲਈ ਇਹ ਵੀਡੀਓ ਕਾਫੀ ਲਾਹੇਵੰਦ ਹੋਏਗੀ ਦੋਸਤੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਨਵੇਂ ਕਿਸਾਨ ਵੀਰ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਲਾਲ ਬਟਨ ਆਪਕੇ ਚੈਨਲ 'ਤੇ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਜੂਨ ਨਾਪਲੋ ਤਾਂ ਕਿ ਲੇਟੈਸਟ ਵੀਡੀਓ ਤੁਹਾਡੇ ਫੋਨ ਤੱਕ ਪੌਂਡਿੰਗ ਆ ਰਹਿਣ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਚੋਨਾ ਜਾਂ ਬਾਸਮਤੀ ਦਾ ਦਾਣਾ ਪੱਕਣ ਤੋਂ ਲਗਭਗ 60 ਦਿਨ ਪਹਿਲਾਂ ਇੱਕ ਸਟੇਜ ਆਉਂਦੀ ਜਿਹਨੂੰ ਪੈਨਿਕਲ ਇਨੀਸ਼ੀਏਸ਼ਨ ਸਟੇਜ ਕਹਿੰਦੇ ਆ ਜਿਹਦੇ ਵਿੱਚ ਬੂਟੇ ਦੇ ਅੰਦਰ ਇੱਕ ਨਿੱਕੀ ਜੀ ਮੁੰਜਰ ਬਣਨੀ ਸ਼ੁਰੂ ਹੁੰਦੀ ਹੈ ਤੇ ਫੋਨ ਇਸ ਨੂੰ ਥੋੜਾ ਹੋਰ ਡੀਪਲੀ ਦੇਖੀਏ ਤਾਂ ਮੁੰਜਰ ਬਾਹਰ ਨਿਕਲਣ ਤੋਂ 35 ਦਿਨ ਪਹਿਲਾਂ ਝੋਨੇ ਦੇ ਵਿੱਚ ਛੋਟੀ ਜੀ ਮੁੰਜਰਬਾਨੀ ਸ਼ੁਰੂ ਹੁੰਦੀ ਹੈ ਮਤਲਬੇ ਕਿ ਝੋਨਾ ਨਿਸਰਨ ਤੋਂ 35 ਦਿਨ ਪਹਿਲਾਂ ਮੁੰਜਰਬਾਨੀ ਸ਼ੁਰੂ ਹੋਗੀ ਤੇ ਝੋਨਾ ਨਿਸਰਨ ਤੋਂ ਲਗਭਗ 25 ਦਿਨ ਬਾਅਦ ਝੋਨਾ ਜਿਹੜਾ ਹੈਗਾ ਮੈਚੂਰ ਹੋ ਜਾਂਦਾ ਹੈ ਉਹ ਵਕਰੀ ਗੱਲ ਹੈ ਕਿ ਟੈਂਪਰੇਚਰ ਡਾਊਨ ਹੋਣ ਕਰਕੇ ਜਾਂ ਹੋਰ ਕਾਰਨਾ ਕਰਕੇ ਕਈ ਵਾਰੀ ਮੈਚਿਓਰਿਟੀ ਪੰਜ-ਸੱਤ ਦਿਨ ਲੇਟ ਹੋ ਜਾਂਦੀ ਹੈ ਹੁਣ ਇਸ ਤੋਂ ਅਗਲੀ ਗੱਲ ਕਿ ਜਦੋਂ ਝੋਨਾ ਜਿਹੜਾ ਹੈਗਾ ਤੁਹਾਡਾ ਨਿਸਰਨਾ ਸ਼ੁਰੂ ਹੋਇਆ ਤੇ ਇਹਨੂੰ ਅਸੀਂ ਕਿਹਨਾਂ ਜਾਂ ਤਾਂ ਇਸ ਨੂੰ ਅਸੀਂ ਕਹਾਂਗੇ ਪੈਨਿਕਲ ਐਮਰਜੈਂਸੀ ਸਟੇਜ ਤੇ ਟੋਟਲ ਜਿਹੜੀ ਬੁੱਟਿਆਂ ਦੀ ਹੈਡਿੰਗ ਹੈ ਮਤਲਬ ਕਿ ਸਾਰੇ ਖੇਤ ਦੀਆਂ ਜਿਹੜੀਆਂ ਮੁੰਜਰਾਂ ਨਿਕਲਣ ਦੀ ਪ੍ਰਕਿਰਿਆ ਹੈਗੀ ਹੈ ਉਹ ਆਡਾਡ ਵੈਰੈਟੀ ਦੇ ਹਿਸਾਬ ਦੇ ਨਾਲ ਪਹਿਲੀ ਮੁੰਜਰ ਖੇਤ ਚ ਨਿਕਲਣ ਤੋਂ ਲੈ ਕੇ 5 ਤੋਂ 15 ਦਿਨ ਦੇ ਵਿੱਚ ਵਿੱਚ ਸਾਰਾ ਖੇਤ ਨਿਸਰ ਜਾਂਦਾ ਇਹ ਅਲੱਗ-ਅਲੱਗ ਵੈਰੈਟੀਆਂ ਦੇ ਅਲੱਗ-ਅਲੱਗ ਕੈਰੈਕਟਰ ਹੁੰਦੇ ਐ ਇਸ ਤੋਂ ਅਗਲੀ ਗੱਲ ਜਦੋਂ ਹੀ ਇੱਕ ਮੁੰਜਰ ਬਾਹਰ ਆ ਗਈ ਮਤਲਬ ਕਿ ਗੋਭ ਦੇ ਵਿੱਚੋਂ ਬਾਹਰ ਆ ਗਈ ਤਾਂ ਅਗਲੇ ਦਿਨ ਉਹਦੇ ਵਿੱਚ ਜਿਹੜਾ ਹੈਗਾ ਐਂਥੇਸਿਸ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਜਿਵੇਂ ਕਿ ਮੈਂ 48 ਨੰਬਰ ਭਾਗ ਦੱਸਿਆ ਸੀਗਾ ਕਿ ਦਾਣੇ ਦਾ ਜਿਹੜਾ ਹੈਗਾ ਭਾਗ ਖੁੱਲਦੇ ਹੈ ਲੈਮਾ ਤੇ ਪੈਲੀਆ ਦੋਨੋਂ ਖੁੱਲਦੇ ਹੈ ਉਹਦੇ ਵਿੱਚੋਂ ਬੂਰ ਬਾਹਰ ਨਿਕਲਦਾ ਤਾਂ ਇਹ ਪ੍ਰਕਿਰਿਆ ਅਗਲੇ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਟੋਟਲ ਮੁੰਜਰ ਜਿਹੜੀ ਹੈਗੀ ਆ ਆਮ ਤੌਰ ਤੇ ਤਿੰਨ ਦਿਨ ਪਰੰਤੂ ਜੇਕਰ ਇਹਨੂੰ ਅਸੀਂ ਡੀਪਲੀ ਜਾ ਕੇ ਦੇਖਾਂਗੇ ਤਾਂ ਟੋਟਲ ਮੁੰਜਰ ਦੇ ਵਿੱਚ ਇੰਥੈਸਿਸ ਮਤਲਬ ਕਿ ਦਾਣੇ ਦੀ ਜਿਹੜੀ ਸਪਾਈਕ ਲੜੀ ਨੂੰ ਆਪਾਂ ਕਿਹਾ ਦਾਣਾ ਖੁੱਲਣ ਦੀ ਪ੍ਰਕਿਰਿਆ ਲਗਭਗ 7 ਦਿਨ ਦੇ ਵਿੱਚ ਕੰਪਲੀਟ ਹੁੰਦੀ ਹੈ ਪਹਿਲਾਂ ਉੱਪਰਲਾ ਭਾਗ ਫਿਰ ਵਿਚਾਲੜਲਾ ਭਾਗ ਤੇ ਫਿਰ ਹੇਠਲਾ ਭਾਗ ਤੇ ਜੇ ਇਸ ਪ੍ਰਕਿਰਿਆ ਨੂੰ ਤੁਸੀਂ ਇਸ ਪੈਟਰਨ ਨੂੰ ਸਮਝੋਗੇ ਤਾਂ ਆ ਇੱਕ ਮੁੰਜਰ ਬਣਾਈ ਹੋਈ ਹੈ ਇਸ ਮੁੰਜਰ ਦੇ ਵਿੱਚ ਦੇਖੋ ਇਹ ਸਭ ਤੋਂ ਪਹਿਲਾਂ ਉੱਪਰਲੇ ਦਾਣੇ ਆ ਇਸ ਦੀਆਂ ਸਾਈਡ ਬ੍ਰਾਂਚੇਸ ਐ ਇਹ ਸਾਈਡ ਦੀਆਂ ਵੀ ਗਾਂ ਸਾਈਡ ਵਾਲੀਆਂ ਬ੍ਰਾਂਚੇਸ ਐ ਜਿੱਥੇ ਇੱਕ ਲਿਖਿਆ ਇਹ ਦਾਣੇ ਜਿਹੜਾ ਹੈਗਾ ਪਹਿਲੇ ਦਿਨ ਇਹਨਾਂ ਦੇ ਉੱਤੇ ਬੂਰ ਪੈਂਦਾ ਹੈ ਫਿਰ ਆਹ ਦੋ ਵਾਲਿਆਂ ਤੇ ਆਹ ਕਿਨਾਰੇ ਵਾਲਿਆਂ ਦੋਵਾਂ ਤੇ ਪਹਿਲੇ ਦਿਨ ਪੈ ਗਿਆ ਇਹਦੇ ਨਾਲ ਦੇਆਂ ਤੇ ਦੋ ਦਿਨ ਦੂਸਰੇ ਦਿਨ ਆਹ ਜੋ ਦੂਜੀ ਸ਼ਾਖਾ ਆ ਗਈ ਇਹਦੇ ਉੱਪਰ ਕੁਝ ਦਾਣੇ ਪਹਿਲੇ ਦਿਨ ਬਾਕੀ ਦੂਸਰੇ ਦਿਨ ਤੇ ਆ ਜੇ ਨੀਚੇ ਵਾਲੇ ਦਾਣੇ ਰਹਿ ਗਏ ਤੀਸਰੇ ਦਿਨ ਉਸੇ ਤਰੀਕੇ ਨਾਲ ਇਧਰ ਚੌਥੇ ਪੰਜਵੇਂ ਤੇ ਕੁਝ ਦਾਣੇ ਜਿਹੜੇ ਗਿਆ ਅੱਠਵੇਂ ਦਿਨ ਤੱਕ ਵੀ ਜਾਂਦੇ ਐ ਤਾਂ ਇਹ نیچے ਲਾਸਟ ਤੇ ਜਾ ਕੇ ਜਿਹੜਾ ਦਾਣਾ ਹੈਗਾ 7ਵੇਂ ਜਾਂ 8ਵੇਂ ਦਿਨ ਇਹ ਖੁੱਲਦਾ ਹੈ ਖੁੱਲ ਕੇ ਤੇ ਬੂਰ ਪੈਂਦਾ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਅਖੀਰਲਾ ਦਾਣਾ ਜਿਹੜਾ ਇੱਕ ਮੁੰਜਰ ਦੇ ਵਿੱਚ ਰਹਿ ਗਿਆ ਉਹ ਵੀ 7ਵੇਂ ਦਿਨ ਤੱਕ ਉਹ ਤੇ ਬੂਰ ਪੈ ਕੇ ਤੇ ਉਹਦਾ ਕੰਮ ਹੋ ਜਾਂਦਾ ਹੈ ਹੁਣ ਇੱਥੇ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਜਿਹੜੇ ਕਿਸਾਨ ਵੀਰ ਡਰਦੇ ਸੀਗੇ ਕਿ ਵੀ ਇੱਕ ਦਿਨ ਹਨੇਰੀ ਪੈ ਗਈ ਤੇ ਪਤਾ ਨਹੀਂ ਸਾਰੇ ਖੇਤ ਹੀ ਫੋਕ ਪੈ ਜੇਗੀ ਬੂਰ ਛੱਡ ਜਾਏਗਾ ਤਾਂ ਉਹ ਚੀਜ਼ ਨਹੀਂ ਹੁੰਦੀ ਪਰੰਤੂ ਜਿਵੇਂ ਹੋਰ ਇਸ ਤੋਂ ਅੱਗੇ ਚੱਲੋਗੇ ਤਾਂ ਪੋ ਚੌਨਾਪਾਗ 48 ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਖਾਸ ਸਥਿਤੀ ਦੇ ਵਿੱਚ 12 ਵਜੇ ਮੈਕਸਿਮਮ ਜਿਹੜੇ ਹੈਗੇ ਆ ਬੂਰ ਜਾਂ ਫੁੱਲ ਪਿਆ ਦੇਖਿਆ ਗਿਆ ਪਰੰਤੂ ਇਸ ਪੇਪਰ ਦੇ ਹਿਸਾਬ ਦੇ ਨਾਲ ਇਹ ਭਾਰਤ ਦੇ ਵਿੱਚ ਆਮ ਤੌਰ ਤੇ ਸਵੇਰ ਦੇ ਟਾਈਮ ਤੇ ਜਿਹੜਾ ਹੈਗਾ ਫੁੱਲ ਨਿਕਲਨੇ ਸ਼ੁਰੂ ਹੁੰਦੇ ਆ 10:00 ਵਜੇ ਤੋਂ ਲੈ ਕੇ 2:00 ਵਜੇ ਤੱਕ ਪ੍ਰਕਿਰਿਆ ਹੁੰਦੀ ਹੈ ਤੇ 10 ਤੋਂ 11 ਵਜੇ ਜਿਹੜਾ ਹੈਗਾ ਜ਼ਿਆਦਾਤਰ ਫੁੱਲ ਬਾਹਰ ਨਿਕਲੇ ਹੋਏ ਆਪਾਂ ਨੂੰ ਦਿਸਦੇ ਐ ਤੇ ਪ੍ਰੰਤੂ ਇਹ ਪ੍ਰਕਿਰਿਆ ਡਿਪੈਂਡ ਕਰਦੀ ਹੈ ਟੈਂਪਰੇਚਰ ਦੇ ਉੱਪਰ ਵਾਤਾਵਰਨ ਦੇ ਵਿੱਚ ਨਮੀ ਦੇ ਉੱਪਰ ਤੇ ਜ਼ਮੀਨ 'ਚ ਕਿੰਨਾ ਪਾਣੀ ਹੈਗਾ ਉਹਦੇ ਉੱਪਰ ਇਹ ਤੀਸਰੀ ਵੀਡੀਓ ਤੇ ਐਸੇ ਤੇ ਹੀ ਹੋਣੀ ਹੈ ਨਾ ਕਿ ਪਾਣੀ ਕਿਉਂ ਜ਼ਰੂਰੀ ਹੈ ਉਸੇ ਦੀ ਭੂਮਿਕਾ ਦੇ ਲਈ ਇਹ ਦੋ ਵੀਡੀਓ ਬਣ ਰਹੀਆਂ ਤੇ ਜਿਵੇਂ ਮੈਂ 48 ਨੰਬਰ 'ਚ ਗੱਲ ਕੀਤੀ ਹੈ ਕਿ ਜਿਸ ਦਿਨ بارش ਹੋਏਗੀ ਉਸ ਦਿਨ ਸਪਾਈਕਲੇਟ ਖੁੱਲੇਗੀ ਨਹੀਂ ਜੇ ਖੁੱਲੇਗੀ ਨਹੀਂ ਤਾਂ ਫਿਰ ਬੂਰ ਹਬ بارش ਦੇ ਨਾਲ ਖਰਾਬ ਨਹੀਂ ਹੋਏਗਾ ਪਰੰਤੂ ਇੱਥੇ ਸਾਨੂੰ ਇਹ ਹੈਗਾ ਕਿ ਜਿਹੜਾ ਬੂਰ ਪਿਆ ਸੀਗਾ ਉਹਦਾ ਕੀ ਹੋਏਗਾ ਮੰਨ ਲਓ ਪਹਿਲਾਂ بارش ਨਹੀਂ ਸੀ ਬਾਅਦ ਚ ਆ ਗਿਆ ਤਾਂ ਉਹਦੇ ਲਈ ਵੀ ਆਪਾਂ ਜੇ ਦੇਖੀਏ ਤਾਂ ਥੋੜਾ ਜਿਹਾ ਪਿੱਛੇ ਜਾਣਾ ਪਊਗਾ ਇੱਥੇ ਇੱਕ ਕੁਐਸਚਨ ਦਾ ਹੋਰ ਉੱਤਰ ਮਿਲਦਾ ਹੈ ਕਿ ਆਮ ਤੌਰ ਤੇ ਕਿਸਾਨ ਵੀਰੇ ਪੁੱਛਦੇ ਐ ਕਿ ਜੀ ਚੌਨਾ ਪੰਜ ਛੇ ਦਿਨਾਂ ਚ ਨਿਸਰ ਆਊਗਾ ਕੀ ਹੁਣ ਬੋਰਾਂ ਦੀ ਸਪਰੇ ਕਰ ਦਈਏ ਤਾਂ ਮੈਂ ਉਹਨਾਂ ਨੂੰ ਕਹਿਣਾ ਹੋਣਾ ਕਿ ਨਾ ਕਰੋ ਕਿਉਂ ਨਾ ਕਰੋ ਬੜਾ ਵਧੀਆ ਇੱਥੇ ਜੇਕਰ ਤੁਸੀਂ ਇਹ ਸਾਰਾ ਪੈਰਾ ਨਾਲ ਦੀ ਨਾਲ ਪੜ੍ਹ ਰਹੇ ਹੋਗੇ ਤਾਂ ਤੁਹਾਨੂੰ ਇੱਥੇ ਪਤਾ ਲੱਗਦਾ ਹੈ ਕਿ ਮੁੰਜਰ ਨਿਕਲਣ ਤੋਂ 6 ਦਿਨ ਪਹਿਲਾਂ ਪੋਲਨ ਗ੍ਰੇਨਸ ਜਿਹੜੇ पराਗਣ ਹੈ पराਗਕਣ ਹੈਗੇ ਆ ਉਹ ਪੂਰੇ ਤਰੀਕੇ ਦੇ ਨਾਲ ਮੈਚੂਰ ਹੋ ਜਾਂਦੇ ਆ ਬਣ ਜਾਂਦੇ ਆ ਤਾਂ ਉਸੇ ਉੱਤੇ ਜਦੋਂ ਬਣਦੇ ਆ ਉਦੋਂ ਜਿਹੜਾ ਹੈਗਾ ਝੰਡਾ ਪੱਤਾ ਫੁੱਲ ਜਾਂਦਾ ਹੈ ਜਿਹਨੂੰ ਅਸੀਂ ਬੂਟਿੰਗ ਸਟੇਜ ਕਹਿੰਦੇ ਆ ਕਹਿਣ ਦਾ ਮਤਲਬ ਇਹ ਕਿ ਇਹ ਤਾਂ 6 ਦਿਨ ਪਹਿਲਾਂ ਹੀ ਮੈਚ्योर ਹੋ ਗਿਆ ਤੇ ਹੁਣ ਇਸ ਤੋਂ ਅੱਗੇ ਜਿਹੜਾ ਪੋਲਨ ਗ੍ਰੇਨ ਹੈਗਾ ਪੋਲਨ ਤੇ ਨਾਲ ਹੀ ਜਿਹੜੀ ਹੈਗੀ ਹੈ ਓਵਰੀ ਹੈਗੀ ਹੈ ਮਾਦਾ ਭਾਗ ਹੈ ਇਹ ਦੋਨੋਂ ਇੱਕੋ ਟਾਈਮ ਤੇ ਹੀ ਮੈਚ्योर ਹੁੰਦੇ ਹੈ ਇਹ ਦੋਨੋਂ ਇੱਕੋ ਟਾਈਮ ਤੇ ਹੀ ਮੈਚ्योर ਹੁੰਦੇ ਹੈ ਤੇ ਜਦੋਂ ਹੀ ਹੁਣ ਮੁੰਜਰ ਬਾਹਰ ਨਿਕਲੀ ਮੁੰਜਰ ਬਾਹਰ ਨਿਕਲਣ ਤੋਂ ਬਾਅਦ ਅਗਲੇ ਦਿਨ ਜਾਂ ਆਪਣੇ ਟਾਈਮ ਦੇ ਹਿਸਾਬ ਦੇ ਨਾਲ ਜੋ ਦਿਨ ਮੈਂ ਦੱਸਿਆ ਹੈ ਇੱਕ ਦਾਣੇ ਦਾਣਾ ਖੁੱਲਦਾ ਹੈ ਹੁਣ ਇੱਥੇ ਅਗਲੀ ਗੱਲ ਕਰਦੇ ਹਾਂ ਕਿ ਜਦੋਂ ਸਪਾਈਕਲੇਟ ਖੁੱਲ ਗਿਆ ਬੂਰਬਾਰ ਆ ਗਿਆ ਬੂਰਬਾਰ ਆਉਣ ਤੋਂ ਲਗਭਗ 9 ਮਿੰਟ ਦੇ ਵਿੱਚ ਇਹ ਜਿਸ ਤਰ੍ਹਾਂ ਇੱਥੇ ਲਿਖਿਆ ਹੈ 9 ਮਿੰਟ ਦੇ ਵਿੱਚ ਜਿਹੜਾ ਐਂਥਰ ਹੁੰਦਾ ਹੈ ਉਹਦੇ ਇੱਕ ਸਾਈਡ ਜਿਹੜੀ ਹੈਗੀ ਹੈ ਪਾਰਟ ਦੀ ਹੈ ਉਸ ਤੋਂ ਬਾਅਦ ਦੇ ਵਿੱਚ ਉਹਰੇ ਚੋਂ ਨਿਕਲ ਕੇ ਪੋਲਨ ਗ੍ਰੇਨ ਬੂਰ ਮਤਲਬ ਕਿ ਬੂਰ ਦੇ ਵਿੱਚੋਂ ਪੋਲਨ ਗ੍ਰੇਨ ਨਿਕਲਦੇ ਆ ਤੇ ਥੱਲੇ ਉਹ ਛਿੜਕੇ ਜਾਂਦੇ ਆ ਜਦੋਂ ਛਿੜਕੇ ਜਾਂਦੇ ਆ ਤਾਂ ਉਹ ਕੁਝ ਤਾਂ ਉਸੇ ਦਾਣੇ ਦੀ ਸਟਿਗਮਾ ਤੇ ਪੈ ਜਾਂਦੇ ਆ ਕੁਝ ਨਾਲ ਦੇ ਦਾਣਿਆਂ ਦੀ ਸਟਿਗਮਾ ਤੇ ਪੈ ਜਾਂਦੇ ਆ ਤਾਂ ਉਹ ਪੈਣ ਤੋਂ ਬਾਅਦ ਦੇ ਵਿੱਚ ਉੱਥੇ ਜਰਮੀਨੇਟ ਹੁੰਦੇ ਆ ਜਰਮੀਨੇਟ ਹੋ ਕੇ ਫਿਰ ਜਿਹੜੀ ਪੋਲਨ ਟਿਊਬ ਹੈ ਅੰਦਰ ਜਿਹੜਾ ਹੈਗਾ ਮਾਦਾ ਭਾਗ ਦੇ ਵਿੱਚ ਜਾਂਦੀ ਹੈ ਸਪਾਈਕਲੇਟ ਦੇ ਖੁੱਲਣ ਤੋਂ 20 ਤੋਂ 30 ਮਿੰਟ ਬਾਅਦ ਜਿਹੜਾ ਦਾਣਾ ਸੀਗਾ ਜਾਂ ਸਪਾਈਕਲੇਟ ਸੀ ਉਹ ਬੰਦ ਹੋ ਜਾਂਦਾ ਹੈ ਬੰਦ ਹੋ ਗਿਆ ਤੇ ਜਿਹੜਾ ਬਾਹਰਲੇ ਪਾਸੇ ਸੀਗਾ ਆਪਣਾ ਐਂਥਰ ਤੇ ਉਹਦੇ ਨਾਲ ਜਿਹੜਾ ਫਿਲਾਮੈਂਟ ਜਿਹੜੇ ਧਾਗੇ ਨਾਲ ਜੁੜਿਆ ਸੀਗਾ ਉਹ ਦਾਣੇ ਦੇ ਬਾਹਰਲੇ ਪਾਸੇ ਚਿਪਕਿਆ ਰਹਿ ਜਾਂਦਾ ਮੁਰਝਾਇਆ ਜਾਂ ਪਿਆ ਹੁੰਦਾ ਹੈ ਦਾਣਾ ਬੰਦ ਹੋ ਗਿਆ ਚੀਜ਼ ਨੋਟ ਕਰਨ ਵਾਲੀ ਕੀ ਸੀਗੀ ਕਿ ਜਰੋ ਦਾਣਾ ਖੁੱਲਿਆ 9 ਮਿੰਟ ਦੇ ਵਿੱਚ ਹੀ ਜਿਹੜਾ ਹੈਗਾ ਬੂਰ ਨੇ ਪੋਲਨ ਗ੍ਰੇਨ ਝਾੜ ਤੇ ਤੇ ਉਹਨੇ ਆਪਦਾ ਕੰਮ ਕਰਤਾ ਉਸ ਤੋਂ ਬਾਅਦ ਝਨੇਰੀ ਆਵੇ ਮੀਂਹ ਆਵੇ ਉਹ ਜਿਹੜਾ ਹੈਗਾ ਦਾਣਾ ਸੁਰੱਖਿਅਤ ਹੋ ਗਿਆ ਉਹ ਦਾਣਾ ਸੁਰੱਖਿਅਤ ਹੋ ਗਿਆ ਹੁਣ ਇਸ ਤੋਂ ਬਾਅਦ ਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਹੈਗੀ ਹੈ ਕਿ ਜਦੋਂ ਪੋਲਨ ਦੇ ਡਿੱਗਦਾ ਹੈ ਤਾਂ ਉਹ 3 ਤੋਂ 5 ਮਿੰਟ ਤੱਕ ਹੀ ਵਾਇਬਲ ਰਹਿੰਦਾ ਹੈ ਉਸ ਤੋਂ ਬਾਅਦ ਦੇ ਵਿੱਚ ਉਹ ਚਿਪਕਣਾ ਸ਼ੁਰੂ ਹੁੰਦਾ ਤੇ ਚਿਪਕੇ ਜਿਹੜਾ ਹੈਗਾ ਆਖਿਰ ਤੇ ਉਹ ਮਰ ਜਾਂਦਾ ਹੈ ਕਿਉਂਕਿ ਇੰਨਾ ਟਾਈਮ ਲੱਗਦਾ ਹੀ ਨਹੀਂ ਉਹ ਨਾਲ ਦੀ ਨਾਲ ਡਿੱਗਦਾ ਡਿੱਗ ਕੇ ਉਹ ਜਰਮੀਨੇਟ ਕਰਦਾ ਜਰਮੀਨੇਟ ਕਰਕੇ ਉਹ ਪੋਲਨ ਟਿਊਬ ਜਿਹੜੀ ਹੈਗੀ ਮਾਦਾ ਭਾਗ ਤੱਕ ਪਹੁੰਚਦੀ ਹੈ ਪਹਿਲੇ 30 ਸਕਿੰਟ ਦੇ ਵਿੱਚ ਉਹ ਪੂਰਾ ਵਾਇਬਲ ਹੁੰਦਾ 4 ਮਿੰਟ ਬਾਅਦ ਉਹਦੀ ਵਾਇਬਿਲਟੀ 30% ਘਟ ਜਾਂਦੀ ਹੈ 5 6 7 ਮਿੰਟ ਤੱਕ ਉਹ ਜਮਾ ਬੇਕਾਰ ਹੋ ਜਾਂਦਾ ਹੈ ਜਿਵੇਂ ਪਹਿਲਾਂ ਦੱਸਿਆ ਕਿ ਇੱਕ ਜਿਹੜੀ ਮੁੰਜਰ ਹੈ ਉਹਦੇ ਵਿੱਚ ਸਾਰੇ ਦਾਣਿਆਂ ਨੂੰ ਜਿਹੜਾ ਬੂਰ ਪੈ ਜਾਂਦਾ ਲਗਭਗ 7 ਦਿਨ ਦੇ ਵਿੱਚ ਆਮ ਤੌਰ ਤੇ ਝੋਨੇ ਦੇ ਜਿਹੜੇ ਹੈਗੇ ਆ ਬੂਰ ਦੀ ਪ੍ਰਕਿਰਿਆ ਇਹ ਹੀ ਹੁੰਦੀ ਹੈ ਪਰੰਤੂ ਕਈ ਵਾਰੀ 4% ਤੱਕ ਬੂਰ ਜਿਹੜਾ ਹੈਗਾ ਹਵਾ ਨਾਲ ਜਾਂ ਮੱਖੀਆਂ ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ ਇੱਕ ਦਾਣੇ ਤੋਂ ਦੂਜੇ ਦਾਣੇ ਤੇ ਵੀ ਚਲਾ ਜਾਂਦਾ ਜ਼ਿਆਦਾਤਰ ਇਹ ਜੰਗਲੀ ਪ੍ਰਜਾਤੀਆਂ ਦੇ ਵਿੱਚ ਹੁੰਦਾ ਦੂਸਰਿਆਂ ਦੇ ਵਿੱਚ ਨਹੀਂ ਹੁੰਦਾ ਹੁਣ ਇਹ ਕੰਮ ਹੋ ਗਿਆ ਦਾਣਾ ਬੰਦ ਹੋ ਗਿਆ ਤੁਹਾਡਾ ਦਾਣਾ ਬੰਦ ਹੋਣ ਤੋਂ ਬਾਅਦ ਚ ਉਹਦੇ ਵਿੱਚ ਦੂਸਰੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਕਿ ਹੌਲੀ-ਹੌਲੀ ਇੱਕ ਜਿਹੜੀ ਪੋਲਨ ਟਿਊਬ ਸੀਗੀ ਜਿਹੜਾ ਜਰਮੀਨੇਟ ਕੀਤਾ ਹੋਇਆ ਪੋਲਨ ਸੀਗਾ ਉਹ ਮਾਦਾ ਭਾਗ ਦੇ ਅੰਦਰ ਪਹੁੰਚਦਾ ਤੇ 6 ਘੰਟੇ ਦੇ ਵਿੱਚ ਵਿੱਚ ਜਿਹੜੀ ਫਰਟੀਲਾਈਜੇਸ਼ਨ ਦੀ ਪ੍ਰਕਿਰਿਆ ਉਹ ਪੂਰੀ ਹੋ ਜਾਂਦੀ ਹੈ ਮਤਲਬ ਕਿ ਨਰ ਤੇ ਮਾਦਾ ਭਾਗ ਦੋਵੇਂ ਉੱਥੇ ਮਿਲਦੇ ਐ ਮਿਲ ਕੇ ਤੇ ਦਾਣਾ ਬਣਨਾ ਸ਼ੁਰੂ ਹੋ ਗਿਆ ਹੁਣ ਕਈ ਕਿਸਾਨ ਵੀਰ ਇੱਥੇ ਮੈਨੂੰ ਇਹ ਕੁਐਸਚਨ ਕਰਦੇ ਐ ਕਿ ਸਰ 4 ਦਿਨ ਹੋ ਗਏ ਮੁੰਜਰ ਨਿਕਲੀ ਨੂੰ ਹਜੇ ਤੱਕ ਤੋਚ ਦੁੱਧਾ ਹੀ ਨਹੀਂ ਬਣਿਆ ਮੁੰਜਰ ਤਾਂ ਸਾਰੀ ਫੋਕੀ ਰਹਗੀ ਭਾਈ ਇਸ ਤਰ੍ਹਾਂ ਨਹੀਂ ਹੁੰਦਾ ਇਹ ਵੀਡੀਓ ਮੈਂ ਇਸੇ ਕਰਕੇ ਬਣਾਈ ਏ ਕਿ ਤੁਹਾਡੇ ਕੁਐਸਚਨ ਦਾ ਉੱਤਰ ਦੇ ਸਕਾਂ ਕਿ ਪੂਰੀ ਮੁੰਜਰ ਨੇ ਕੁਝ ਟਾਈਮ ਲੱਗਣਾ ਆਮ ਕਟੋ ਘੱਟ ਮੁੰਜਰ ਨਿਕਲਦੇ ਚਾਰ ਦਿਨ ਵੱਧ ਤੋਂ ਵੱਧ 7 ਦਿਨ ਕਈ ਵਾਰੀ 8 9 10 ਦਿਨ ਵੀ ਜਿਹਦੇ ਵਿੱਚ ਜਿਹੜਾ ਹੈਗਾ ਕਿਉਂਕਿ ਮੌਸਮ ਦੇ ਉੱਪਰ ਹੈ ਕਿ ਬਰਸਾਤਾਂ ਪੈ ਰਹੀਆਂ ਤਾਂ ਉਹ ਸਪਾਈਕਲੇਟ ਖੁੱਲ ਨਹੀਂ ਨਹੀਂ ਤਾਂ ਇਹ ਪ੍ਰਕਿਰਿਆ ਸ਼ੁਰੂ ਹੋਣੀ ਹੈ ਜਦੋਂ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਵੀ 6 ਘੰਟੇ ਬਾਅਦ ਉਹਦੇ ਵਿੱਚ ਜਿਹੜਾ ਹੈਗਾ ਫਰਟੀਲਾਈਜੇਸ਼ਨ ਹੋਣਾ ਹੈ ਫਰਟੀਲਾਈਜੇਸ਼ਨ ਹੋਣ ਤੋਂ ਬਾਅਦ ਫਿਰ ਨਿਕਾ ਜਾ ਦਾਣਾ ਬਾਨਣਾ ਸ਼ੁਰੂ ਹੋਣਾ ਹੈ ਤਾਂ ਫਿਰ ਉਹ ਦਾਣੇ ਦੀ ਡਵੈਲਪਮੈਂਟ ਹੋਣੀ ਹੈ ਅਗਲੀ ਵੀਡੀਓ ਦੇ ਵਿੱਚ ਮੈਂ ਪਾਣੀ ਦਾ ਇਹ ਨਾਲ ਕੀ ਸਬੰਧ ਹੈ ਉਹ ਗੱਲ ਕਰਾਂਗਾ ਫਿਰ ਦਾਣੇ ਦੀ ਡਵੈਲਪਮੈਂਟ ਤੇ ਗੱਲ ਕਰਾਂਗਾ ਤੇ ਇਹਨੂੰ ਅਖੀਰ ਤੇ ਆਪਾਂ 3-4 ਪਾਰਟ ਦੇ ਵਿੱਚ ਕਦੋਂ ਪਾਣੀ ਬੰਦ ਕਰਨਾ ਕਦੋਂ ਤਾਂ ਇਹ ਸਾਰੀ ਦੀ ਸਾਰੀ ਗੱਲਬਾਤ ਆਪਾਂ ਇਹਦੇ ਵਿੱਚ ਕਰਾਂਗੇ ਹੁਣ ਇਸ ਵੀਡੀਓ ਦੀ ਜੋ ਹਾਈਲਾਈਟਸ ਹੈਗੀਆਂ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਨੀਆਂ ਚਾਹਣਾ ਹੈ ਉਹ ਹਾਈਲਾਈਟਸ ਇਹ ਹੈਗੀਆਂ ਕਿ ਇੱਕ ਮੁੰਜਰ ਨੂੰ ਇੱਕੋ ਵਾਰੀ ਬੂਰ ਨਹੀਂ ਪੈਂਦਾ ਭਾਗ 48 ਤੇ ਇਹ ਭਾਗ ਤੇ ਵੱਖ-ਵੱਖ ਸਾਇੰਟਿਸਟਾਂ ਦੇ ਅਨੁਸਾਰ ਆਮ ਤੌਰ ਤੇ ਜਿਹੜਾ ਹੈਗਾ ਸਵੇਰ ਦੇ ਟਾਈਮ ਤੇ ਜਿਹੜਾ ਬੂਰ ਪੈਂਦਾ ਹੈ ਜਿਹੜਾ ਕਿ ਮੈਕਸਿਮਮ 2 ਵਜੇ ਤੱਕ ਰਹਿੰਦਾ ਹੈ ਤੇ ਇੱਕ ਜਦੋਂ ਦਾਣਾ ਖੁੱਲਦਾ ਹੈ ਉਹਨੂੰ ਬੂਰ ਪੈਂਦਾ ਹੈ ਖੁੱਲਣ ਤੋਂ ਬਾਅਦ ਚ ਉਹਦੇ ਵਿੱਚੋਂ ਪੋਲਨ ਗ੍ਰੇਨ ਬਹੁਤ ਜਲਦੀ 9 ਮਿੰਟ ਦੇ ਵਿੱਚ ਪੋਲਨ ਗ੍ਰੇਨ ਜਿਹੜੇ ਹੈਗੇ ਆ ਝੜ ਜਾਂਦੇ ਆ ਸਟਿਗਮਾ ਦੇ ਉੱਤੇ ਸਟਿਗਮਾ ਦੇ ਉੱਤੇ ਜਿਹੜਾ ਝੜਿਆ ਹੋਇਆ ਪੋਲਨ ਗ੍ਰੇਨ ਹੈ ਉਹ ਮੈਕਸਿਮਮ 5 ਮਿੰਟ ਤੱਕ ਵਾਇਬਲ ਰਹਿੰਦਾ ਜਾਂ ਜਿਉਂਦਾ ਰਹਿੰਦਾ ਹੈ ਲੇਕਿਨ ਉਹ 30 ਸਕੰਡ ਦੇ ਵਿੱਚ ਹੀ ਜਰਮੀਨੇਟ ਹੋ ਕੇ ਤੇ ਆਪਣੇ ਜਿਹੜਾ ਹੈਗਾ ਮਾਦਾ ਭਾਗ ਦੇ ਅੰਦਰਲੇ ਪਾਸੇ ਜਿਹੜਾ ਹੈਗਾ ਓਵਰੀ ਵਾਲੇ ਪਾਸੇ ਜਾਣਾ ਸ਼ੁਰੂ ਹੁੰਦਾ ਹੈ ਤੇ ਜਦੋਂ ਇੱਕ ਦਾਣਾ ਖੁੱਲਿਆ ਤੇ ਉਹ 20 ਤੋਂ 30 ਮਿੰਟ ਦੇ ਵਿੱਚ ਹੀ ਖੁੱਲਣ ਤੋਂ ਲੈ ਕੇ ਬੰਦ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਚੋਰੇ ਅੰਦਰ ਜਿਹੜਾ ਹੈਗਾ ਨਰ ਭਾਗ ਉਹ ਦੇ ਅੰਦਰ ਚਲਾ ਗਿਆ ਮਾਦਾ ਭਾਗ ਦੇ ਨਾਲ ਮਿਲਿਆ 6 ਘੰਟਿਆਂ ਦੇ ਵਿੱਚ ਫਰਟੀ ਫਰਟੀਲਾਈਜੇਸ਼ਨ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਅਸਤਵ ਗਾਂ ਦਾਣੇ ਦੀ ਡਿਵੈਲਪਮੈਂਟ ਸ਼ੁਰੂ ਹੁੰਦੀ ਹੈ ਤੇ ਜਿਹੜੀ ਮੁੰਜਰ ਅੱਜ ਬਣੀ ਹੈ ਉਸ ਮੁੰਜਰ ਦੇ ਵਿੱਚ ਜਿਹੜਾ ਹੈਗਾ ਆਉਣ ਵਾਲੇ 5 ਤੋਂ 7 ਦਿਨ ਦੇ ਵਿੱਚ ਦਾਣਾ ਭਰਨਾ ਸ਼ੁਰੂ ਹੋ ਜਾਏਗਾ ਲਗਭਗ ਸਾਰੀ ਮੁੰਜਰ ਭਰ ਜਾਏਗੀ ਹੁਣ ਇੱਥੇ ਕੋਈ ਕਿਸਾਨ ਵੀਰ ਮੈਨੂੰ ਇਹ ਕੁਐਸਚਨ ਕਰਦੇ ਆ ਕਿ ਤੁਸੀਂ ਜੇ ਕਹਿੰਦੇ ਹੋ ਕਿ ਇਹਦੇ ਨਾਲ ਬਰਸਾਤ ਵਾਲੇ ਦਿਨ ਦਾਣਾ ਖੁੱਲਦਾ ਹੀ ਨਹੀਂ ਬੂਰ ਹੀ ਨਹੀਂ ਝੜਦਾ ਤੇ ਪਿਛਲੇ ਸਾਲ ਝਾੜ ਕਿਉਂ ਘਟਿਆ ਸੀ ਪਿਛਲੇ ਸਾਲ ਝਾੜ ਘਟਿਆ ਸੀ ਉਹਦੇ ਵਿੱਚ ਫੋਕ ਨਹੀਂ ਪਈ ਸੀ ਸਾਰੇ ਜਣੇ ਧਿਆਨ ਨਾਲ ਦੇਖੋ ਕਿ ਸਾਡੀਆਂ ਟਰਾਲੀਆਂ ਪੂਰੀਆਂ ਸੀਆਂ ਪਰੰਤੂ ਦਾਣੇ ਦਾ ਵજન ਹੈ ਨਹੀਂ ਸੀਗਾ। ਵજન ਕਿਉਂ ਨਹੀਂ ਸੀ ਕਿਉਂਕਿ ਸਨਸ਼ਾਈਨ ਨਹੀਂ ਸੀਗੀ ਕਿਉਂਕਿ ਉਲੀ ਰੋਗ ਜ਼ਿਆਦਾ ਪਿਆ ਸੀਗਾ ਕਿਉਂਕਿ ਬੂਰ ਦਾ ਕੰਮ ਤਾਂ ਕੇਵਲ ਦਾਣਾ ਬਣਾਉਣਾ ਨਾ ਤੇ ਦਾਣਾ ਤਾਂ ਪੂਰਾ ਬਣਿਆ ਸੀ ਪਿਛਲੇ ਸਾਲ ਪਰੰਤੂ ਦਾਣੇ ਦਾ ਵજન ਨਹੀਂ ਸੀਗਾ। ਤਾਂ ਦੋਸਤੋ ਮੈਂ ਕੋਸ਼ਿਸ਼ ਕੀਤੀ ਕਿ ਤੁਹਾਨੂੰ ਇੱਕ ਵੱਖ-ਵੱਖ ਜਗ੍ਹਾ ਤੋਂ ਡਾਟਾ ਇਕੱਠਾ ਕਰਕੇ ਤੁਹਾਨੂੰ ਇਸ ਪ੍ਰਕਿਰਿਆ ਬਾਰੇ ਸਮਝਾਇਆ ਜਾਵੇ। ਹੁਣ ਕੱਲ ਨੂੰ ਗੱਲ ਕਰੂੰਗਾ। ਕੇ ਪਾਣੀ ਕਾ ਤੋ ਭਰ ਕੇ ਰੱਖਣਾ ਜਦੋਂ ਚੋਨਾ ਨਿਸਵਨਾ ਸ਼ੁਰੂ ਹੁੰਦਾ ਹੈ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਬਹੁਤ ਬਹੁਤ ਧੰਨਵਾਦ